ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ 'ਤੇ। ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਜੀ ਤੁਹਾਡੀ ਹੈਲਥ ਦੀ, ਜੋ ਵੀ ਹੈਲਥ ਨੂੰ ਲੈ ਕੇ ਇਸ਼ੂਜ਼ ਆਉਂਦੇ ਨੇ, ਜੋ ਵੀ ਪ੍ਰੋਬਲਮਸ ਆਉਂਦੀਆਂ ਹੈਗੀਆਂ, ਉਹਨਾਂ ਨੂੰ ਡਿਸਕਸ ਕਰਨ ਦੀ ਅੱਜ ਕੋਸ਼ਿਸ਼ ਕਰਾਂਗੇ। ਅਤੇ ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਹਮੇਸ਼ਾ ਹੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਹੁੰਦੇ ਨੇ। ਹਰ ਬਿਮਾਰੀ ਬਾਰੇ ਅਸੀਂ ਉਹਨਾਂ ਦੇ ਨਾਲ ਡਿਸਕਸ ਕਰਦੇ ਹਾਂ, ਅਤੇ ਅੱਜ ਜੋ ਖਾਸ ਬਿਮਾਰੀ ਹੋਏਗੀ ਜਿਨ੍ਹਾਂ ਬਾਰੇ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੀ, ਉਹ ਹੈ PCOD, ਜੋ ਕਿ ਆਪਾਂ ਕਹੀਏ ਤਾਂ ਫੀਮੇਲਸ ਨੂੰ, ਕੁੜੀਆਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ, ਮੰਥਲੀ ਪ੍ਰੋਬਲਮ ਹੈਗੀ ਹੈ। ਅਤੇ ਇਸ ਬਾਰੇ ਡਿਸਕਸ ਕਰਾਂਗੇ ਕੀ ਰੀਜ਼ਨ ਨੇ, ਕਿੱਦਾਂ ਇਹਨੂੰ ਠੀਕ ਕੀਤਾ ਜਾ ਸਕਦਾ ਹੈਗਾ। ਅਤੇ ਨਾਲ ਦੀ ਨਾਲ ਦੱਸ ਦਿੰਦੇ ਹਾਂ ਜੀ, ਡਾਕਟਰ ਨਵਦੀਪ ਸ਼ਰਮਾ ਜੀ ਹੁਣੇ ਹੁਣੇ USA ਤੋਂ ਵਿਜ਼ਿਟ ਕਰਕੇ ਆਏ ਨੇ, ਬਹੁਤ ਸਾਰੇ ਵਿਊਅਰਸ ਨੇ ਉੱਥੇ ਵਿਜ਼ਿਟ ਵੀ ਕੀਤਾ, ਬਹੁਤ ਸਾਰੇ ਪੇਸ਼ੈਂਟ ਉੱਥੇ ਪਹੁੰਚੇ। ਅਤੇ ਹੁਣ ਜਿਹੜੇ ਪੇਸ਼ੈਂਟ ਰਹਿ ਗਏ ਨੇ ਤੁਸੀਂ ਨਹੀਂ ਵਿਜ਼ਿਟ ਕਰ ਸਕੇ, ਡਾਇਰੈਕਟ ਨੰਬਰ ਜਿਹੜੇ ਨੇ ਉਹ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰੋ, ਕਿਉਂਕਿ 15 ਅਗਸਤ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਜੀ ਅਗੇਨ USA ਦੇ ਵਿੱਚ ਵਿਜ਼ਿਟ ਕਰਨ ਵਾਲੇ ਨੇ। ਬਾਕੀ USA ਦੀ ਜਿਹੜੀ ਸਾਡੀ ਆਡੀਅੰਸ ਦੇਖ ਰਹੀ ਹੈਗੀ, USA ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਕਾਫੀ ਜ਼ਿਆਦਾ ਸੈਂਟਰਸ ਵੀ ਹੈਗੇ ਨੇ, ਉਹ ਸੈਂਟਰਸ ਦੇ ਐਡਰੈਸ ਪ੍ਰੋਪਰ ਤੁਸੀਂ ਜਿਹੜੇ ਨੇ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਤੋਂ ਲੈ ਸਕਦੇ ਹੋ, ਪਹੁੰਚ ਸਕਦੇ ਹੋ। ਜੋ USA ਤੋਂ ਬਾਹਰ ਦੀ ਆਡੀਅੰਸ ਹੈਗੀ ਆ, ਉਹ ਮਿਲ ਸਕਦੀ ਹੈ ਜੀ। ਜੇਕਰ ਤੁਸੀਂ USA ਵਿਜ਼ਿਟ ਕਰਨਾ ਜਾਂ ਫਿਰ ਅਦਰਵਾਈਜ਼ ਆਪਾਂ ਕਹਿ ਸਕਦੇ ਹਾਂ ਕਿ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਪ੍ਰੋਬਲਮ ਡਿਸਕਸ ਕਰ ਸਕਦੇ ਹੋ, ਮੈਡੀਸਿਨ ਜਿਹੜੀਆਂ ਘਰ ਬੈਠੇ ਪਹੁੰਚਾ ਦਿੱਤੀਆਂ ਜਾਣਗੀਆਂ। ਸੋ ਵੈਲਕਮ ਕਰ ਲੈਂਦੇ ਹਾਂ ਜੀ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, PCOD ਦੀ ਗੱਲ ਕੀਤੀ ਹੈਗੀ ਆ, ਫੀਮੇਲਸ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਅੱਜ ਕੱਲ੍ਹ ਫੇਸ ਕਰਨੀ ਪੈ ਰਹੀ ਹੈਗੀ ਆ, ਕੀ ਕਾਰਨ ਕੀ ਨੇ ਅੱਜ ਦੇ ਟਾਈਮ ਦੇ? ਬਿਲਕੁਲ ਜੀ, PCOD ਇਹਨੂੰ ਆਪਾਂ PCOS ਵੀ ਕਹਿੰਦੇ ਹਾਂ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜਾਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਹੁਣ ਇਹ ਇੱਕ ਐਸਾ ਡਿਜ਼ੀਜ਼ ਹੈ ਜਿਹੜਾ ਕਿ ਮੈਂ ਅਗਰ ਫੀਮੇਲਸ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੋਇਆ ਡਿਜ਼ੀਜ਼। ਆਯੁਰਵੇਦ ਦੀ ਗੱਲ ਕਰਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਫੀਮੇਲ ਦਾ ਲਾਈਫ ਸਟਾਈਲ ਜਿਹੜਾ ਹੈ ਉਹ ਕੁਛ ਚੇਂਜ ਹੋ ਗਿਆ ਵਾ ਅੱਜ ਦੀ ਡੇਟ 'ਚ। ਜ਼ਿਆਦਾ ਓਫਿਸ਼ੀਅਲ ਵਰਕ, ਸਿਟਿੰਗ ਵਰਕ, ਲੈਕ ਆਫ ਫਿਜ਼ੀਕਲ ਐਕਸਰਸਾਈਜ਼ ਇੱਕ ਬੜਾ ਮੇਜਰ ਕਾਰਨ ਹੈ ਇਸ ਡਿਜ਼ੀਜ਼ ਦਾ। ਔਰ ਅਗਰ ਮੈਂ ਐਲੋਪੈਥਿਕਲੀ ਕਰਾਂ ਸਭ ਤੋਂ ਪਹਿਲੇ ਕਿ ਵੀ ਹੈ ਕੀ ਹੈ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਇੱਕ ਐਸਾ ਡਿਜ਼ੀਜ਼ ਹੈ ਜਿਹਦੇ ਅੰਦਰ ਕਿ ਜਿਹੜੀ ਓਵਰੀਜ਼ ਨੇ ਫੀਮੇਲ ਦੇ ਅੰਦਰ ਜਿਹੜੀਆਂ ਕਿ ਐਗ ਰਿਲੀਜ਼ ਕਰਦੀਆਂ ਨੇ, ਜਿਹੜੀ ਕਿ ਕੱਲ੍ਹ ਨੂੰ ਇੱਕ ਫਰਟੀਲਾਈਜੇਸ਼ਨ ਵਾਸਤੇ ਫੀਮੇਲ ਦੇ ਪ੍ਰੈਗਨੈਂਸੀ ਵਾਸਤੇ ਬੜਾ ਜ਼ਰੂਰੀ ਹੁੰਦਾ ਵੈ, ਉਹ ਓਵਰੀਜ਼ ਦਾ ਜਿਹੜਾ ਸਾਈਜ਼ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਵੈ। ਇਹਦਾ ਰੀਜ਼ਨ ਹੈ ਓਵਰੀਜ਼ 'ਚ ਸਿਸਟ ਆਨੇ। ਸਿਸਟ ਹੁੰਦੇ ਨੇ ਜੀ ਫਲੂਇਡ ਫਿਲਡ ਜਾਂ ਏਅਰ ਫਿਲਡ ਬੈਲੂਨ ਟਾਈਪ ਸਟਰਕਚਰ, ਛੋਟੇ ਛੋਟੇ ਗੁਬਾਰੇ ਟਾਈਪ ਸਟਰਕਚਰ ਜਿਹਦੇ 'ਚ ਹਵਾ ਭਰੀ ਹੋ ਸਕਦੀ ਹੈ, ਜਿਹਦੇ 'ਚ ਜਿਹੜਾ ਵੈ ਥੋੜ੍ਹਾ ਫਲੂਇਡ ਭਰਿਆ ਹੋ ਸਕਦਾ ਵੈ। ਇਹੋ ਜਿਹੜੇ ਸਿਸਟ ਨੇ ਇਹ ਓਵਰੀਜ਼ ਦੇ ਅੰਦਰ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿਸ ਤਰ੍ਹਾਂ ਸਿਸਟ ਵਧੀ ਜਾਂਦੇ ਨੇ ਓਵਰੀ ਦਾ ਸਾਈਜ਼ ਵਧੀ ਜਾਂਦਾ ਵੈ। ਸਾਈਜ਼ ਤਾਂ ਵੱਧ ਰਿਹਾ ਹੁੰਦਾ ਓਵਰੀਜ਼ ਦਾ, ਲੇਕਿਨ ਕੰਮ ਘੱਟ ਰਿਹਾ ਹੁੰਦਾ ਓਵਰੀਜ਼ ਦਾ। ਔਰ ਇਹਦੇ 'ਚ ਕੀ ਹੁੰਦਾ ਵੈ, ਬੜੇ ਕੋਮਨ ਇਹਦੇ ਸਾਈਨਸ ਨੇ, ਹੇਅਰ ਲੋਸ, ਫੀਮੇਲ ਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਕਈ ਫੀਮੇਲਸ ਦੇ ਕੇਸ 'ਤੇ ਬਾਲਨੈਸ ਟਿਕਣ ਲੈ ਜਾਂਦੀ ਹੈ ਫੀਮੇਲ ਨੂੰ। ਦੈਨ ਐਕਸੈਸਿਵ ਪਿੰਪਲਸ ਨਿਕਲ ਸਕਦੇ ਨੇ ਫੇਸ ਦੇ ਉੱਪਰ, ਐਕਸੈਸਿਵ ਵੇਟ ਲੋਸ, ਵੇਟ ਗੇਨ, ਐਕਸੈਸਿਵ ਵੇਟ ਗੇਨ ਜਿਹੜਾ ਵੈ ਫੀਮੇਲਸ ਦਾ ਇਹਦੇ ਕੇਸ 'ਚ ਜਿਹੜਾ ਵੈ ਹੋਣਾ ਸ਼ੁਰੂ ਹੋ ਜਾਂਦਾ ਵੈ। ਔਰ ਉਹ ਵੇਟ ਗੇਨ ਜਿਹੜਾ ਵੈ ਉਹ ਬਿਨਾਂ ਕਿਸੇ ਡਾਇਟ ਦੀ ਖਰਾਬੀ ਦੇ ਕਾਰਨ ਹੋ ਰਿਹਾ ਹੁੰਦਾ ਵੈ। ਫੀਮੇਲਸ ਅਪਰੋਚ ਕਰਦੀਆਂ ਨੇ, ਉਹ ਕਹਿੰਦੀਆਂ ਨੇ ਜੀ ਆਪਾਂ ਕੁਛ ਉਲਟਾ ਪੁਲਟਾ ਨਹੀਂ ਖਾ ਰਹੇ, ਸਾਡਾ ਜਿਹੜਾ ਭਾਰ ਵੈ ਉਹ ਫਿਰ ਵੀ ਵਧਣਾ ਸ਼ੁਰੂ ਹੋ ਗਿਆ ਵੈ। ਔਰ ਮੰਥਲੀ ਸਾਈਕਲ ਦੀ ਡਿਸਟਰਬੈਂਸ, ਜਿਹੜੇ ਪੀਰੀਅਡਸ ਨੇ ਉਹ ਘੱਟ ਜਾਂਦੇ ਨੇ, ਕਈ ਵਾਰੀ ਇੱਕ ਮੰਥ ਸਾਈਕਲ ਸਕਿੱਪ ਹੀ ਹੋ ਜਾਂਦਾ ਵੈ। ਇਹ ਸਾਰੇ ਦੇ ਸਾਰੇ ਸਾਈਨਸ ਨੇ ਜੀ PCOD ਦੇ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਦੇ। ਬਿਲਕੁਲ ਜੀ। ਸੋ ਬਹੁਤ ਸਾਰੇ ਇਸ਼ੂਜ਼ ਕਿਤੇ ਨਾ ਕਿਤੇ ਲਾਈਫ ਸਟਾਈਲ ਚੇਂਜ ਨੂੰ ਲੈ ਕੇ ਹੀ ਮੇਰੇ ਖਿਆਲ ਦੇ ਵਿੱਚ ਫੇਸ ਕਰਨੇ ਪੈ ਜਾਂਦੇ ਨੇ, ਕਿਉਂਕਿ ਅਸੀਂ ਜਦੋਂ ਵੀ ਕਿਸੇ ਵੀ ਬਿਮਾਰੀ ਦੀ ਗੱਲ ਕਰਦੇ ਹਾਂ ਰੀਜ਼ਨ ਇੱਕੋ ਹੀ ਹੁੰਦਾ ਕਿ ਲਾਈਫ ਸਟਾਈਲ ਚੇਂਜ ਹੋ ਗਿਆ। ਸੋ ਫੀਮੇਲਸ ਨੂੰ ਜਿਹੜੀ PCOD ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਬਹੁਤ ਟਾਈਮ ਦੇ ਵਿੱਚ ਸਾਈਨ ਜਿਹੜੇ ਨੇ ਤੁਸੀਂ ਦੱਸ ਦਿੱਤੇ ਨੇ ਆਲਰੇਡੀ, ਕਿ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਪਿੰਪਲਸ ਆਉਣੇ ਸ਼ੁਰੂ ਹੋ ਜਾਂਦੇ ਨੇ, ਸਕਿਨ ਪ੍ਰੋਬਲਮਸ ਹੋ ਜਾਂਦੀਆਂ। ਸੋ ਸਰ, ਇਹਨਾਂ ਦੇ ਨਾਲ ਬਾਅਦ 'ਚ ਜਾ ਕੇ ਪ੍ਰੈਗਨੈਂਸੀ 'ਤੇ ਵੀ ਫਰਕ ਪੈਂਦਾ? ਬਿਲਕੁਲ ਜੀ। ਦੇਖੋ, ਸਭ ਤੋਂ ਮੇਜਰ ਪ੍ਰੋਬਲਮ ਹੀ ਇਹ ਹੈ ਕਿ ਜਦੋਂ PCOD ਇੱਕ ਫੀਮੇਲ 'ਚ ਹੁੰਦੀ ਹੈ, ਜਿਸ ਤਰ੍ਹਾਂ ਉਸ ਫੀਮੇਲ ਦੀ ਏਜ ਵੱਧਦੀ ਹੈ, ਜਿਹੜਾ ਓਵੂਲੇਸ਼ਨ ਹੈ ਉਹ ਡਿਸਟਰਬ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਦੇਖੋ, ਪ੍ਰੈਗਨੈਂਸੀ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਓਵੂਲੇਸ਼ਨ ਪ੍ਰੋਪਰ ਟਾਈਮ 'ਚ ਰਹੇ, ਜਿਹੜਾ ਓਵਮ ਹੈ ਅੱਗੇ ਉਹਦਾ ਸਾਈਜ਼ ਪ੍ਰੋਪਰ ਹੋਏ, ਐਗ ਜਿਹੜਾ ਵੈ ਉਹ ਨੋਰਮਲ ਸਾਈਜ਼ ਦਾ ਬਣੇ, ਟਾਈਮ ਸਿਰ ਰਿਲੀਜ਼ ਹੋਏ। ਜਦੋਂ ਇੱਕ ਫੀਮੇਲ ਨੂੰ PCOD ਰਹਿੰਦੀ ਹੈ, ਉਹ ਓਵੂਲੇਸ਼ਨ ਡਿਸਟਰਬ ਹੋ ਜਾਂਦੀ ਹੈ ਕਈ ਵਾਰੀ। ਅਤੇ ਜਿਹੜੇ ਸਾਈਕਲਸ ਨੇ ਫੀਮੇਲ ਦੇ, ਐਨਓਵੂਲੇਟਰੀ ਸਾਈਕਲਸ ਹੁੰਦੇ ਨੇ। ਔਰ ਇਹੀ ਰੀਜ਼ਨ ਹੈ ਕਿ ਅੱਗੇ ਮੈਰਿਜ ਤੋਂ ਬਾਅਦ ਦੇ ਅੰਦਰ ਜਿਹੜੀ ਫੀਮੇਲ ਹੈ ਉਹ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ।
ਬੜੀਆਂ ਸਾਰੀਆਂ ਫੀਮੇਲਸ ਨੂੰ ਤੇ ਪੀਸੀਓਡੀ ਦਾ ਪਤਾ ਹੀ ਇਸ ਕਰਕੇ ਚੱਲਦਾ ਵਾ ਕਿਉਂਕਿ ਮੈਰਿਜ ਹੋਏ ਸਾਲ ਹੋ ਜਾਂਦਾ ਵਾ, 2 ਸਾਲ 3 ਸਾਲ ਨਿਕਲ ਜਾਂਦੇ ਨੇ, ਜਦੋਂ ਰੈਗੂਲਰਲੀ ਉਹ ਦੇਖਦੇ ਨੇ ਕਿ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ, ਉਦੋਂ ਫੀਮੇਲ ਜਦੋਂ ਆਪਣੇ ਅਲਟਰਾਸਾਊਂਡ ਸਕੈਨ ਕਰਵਾਉਂਦੀਆਂ ਨੇ ਤਾਂ ਉਹਦੇ 'ਚ ਪਤਾ ਚੱਲਦਾ ਕਿ ਓਵਰੀਜ਼ ਅੰਦਰ ਜਿਹੜੇ ਨੇ ਮਲਟੀਪਲ ਸਿਸਟ ਨੇ, ਉਹ ਪਹਿਲੀ ਵਾਰੀ ਹੈ ਜਦੋਂ ਉਹਨਾਂ ਨੂੰ ਪਤਾ ਹੀ ਚੱਲ ਪਾਉਂਦਾ ਵਾ ਕਿ ਉਹਨਾਂ ਨੇ ਕਿਹੋ ਜਿਹਾ ਡਿਜ਼ੀਜ਼ ਹੋਇਆ ਹੋਇਆ ਵਾ। ਹੁਣ ਇੱਥੇ ਪ੍ਰੋਬਲਮ ਦੀ ਗੱਲ ਇਹ ਹੁੰਦੀ ਹੈ ਕਿ ਪਤਾ ਤਾਂ ਚੱਲ ਜਾਂਦਾ ਵਾ, ਐਲੋਪੈਥੀ 'ਚ ਤਾਂ ਡਾਇਗਨੋਸਿਸ ਹੋ ਜਾਂਦਾ ਵਾ, ਲੇਕਿਨ ਇਹਦਾ ਇਲਾਜ ਕੋਈ ਨਹੀਂ ਹੈ ਜੀ ਐਲੋਪੈਥੀ ਦੇ ਅੰਦਰ। ਐਲੋਪੈਥੀ 'ਚ ਇਹਨੂੰ ਕੁਛ ਹੱਦ ਤੱਕ ਕੰਟਰੋਲ ਕਰਨ ਵਾਸਤੇ ਡਾਇਬਟੀਜ਼ ਦੀਆਂ ਮੈਡੀਸਿਨ ਜਿਹੜੀਆਂ ਨੇ ਉਹ ਫੀਮੇਲ ਨੂੰ ਦਿੱਤੀਆਂ ਜਾਂਦੀਆਂ ਨੇ। ਇਹ ਮੰਨਿਆ ਜਾਂਦਾ ਵਾ ਕਿ ਡਾਇਬਟੀਜ਼ ਦੀ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਕਿ ਗਲੂਕੋਜ਼ ਦੀ ਐਬਜ਼ੋਰਪਸ਼ਨ, ਗਲੂਕੋਜ਼ ਦੀ ਯੂਟੀਲਾਈਜੇਸ਼ਨ ਬਾਡੀ 'ਚ ਵਧਾਉਂਦੀਆਂ ਨੇ, ਕੁਛ ਹੱਦ ਤੱਕ ਕੁਛ ਦੇਰ ਵਾਸਤੇ ਇਸ ਡਿਜ਼ੀਜ਼ 'ਤੇ ਰੋਕ ਲਾ ਸਕਦੀਆਂ ਨੇ। ਐਸਾ ਨਹੀਂ ਕਿ ਉਹਦਾ ਬਿਲਕੁਲ ਫਾਇਦਾ ਨਹੀਂ ਹੁੰਦਾ, ਕੁਛ ਫੀਮੇਲਸ ਨੂੰ ਹਲਕਾ ਫੁਲਕਾ ਫਾਇਦਾ ਕੁਛ ਦੇਰ ਵਾਸਤੇ ਉਹਦਾ ਫਾਇਦਾ ਹੁੰਦਾ ਵੀ ਹੈ, ਲੇਕਿਨ ਉਹਦਾ ਇੱਕ ਬੜਾ ਮੇਜਰ ਨੁਕਸਾਨ ਹੈ ਕਿ ਜਦੋਂ ਲੰਬੇ ਸਮੇਂ ਵਾਸਤੇ ਉਹ ਦਵਾਈਆਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ, ਇੱਕ ਨੋਨ ਡਾਇਬਟਿਕ ਪੇਸ਼ੈਂਟ ਦੇਖੋ ਜਦੋਂ ਲਗਾਤਾਰ ਡਾਇਬਟੀਜ਼ ਦੀ ਦਵਾਈ ਯੂਜ਼ ਕਰੇਗਾ ਉਹ ਡਾਇਬਟਿਕ ਬਣ ਜਾਏਗਾ। ਬਿਲਕੁਲ, ਉਹਦੇ ਪੈਨਕ੍ਰੀਆਸ ਨੂੰ ਜਦੋਂ ਲਗਾਤਾਰ ਸਟਿਮੂਲੇਟ ਕੀਤਾ ਜਾਏਗਾ ਹੌਲੀ ਹੌਲੀ ਕਰਕੇ, ਉਹ ਪੀਸੀਓਡੀ ਤਾਂ ਜਦੋਂ ਠੀਕ ਹੁੰਦਾ ਨਹੀਂ ਹੈ ਉਲਟਾ ਡਾਇਬਟੀਜ਼ ਵੀ ਉਹਨਾਂ ਨੂੰ ਹੋ ਜਾਂਦੀ ਹੈ। ਇਸ ਕਰਕੇ ਅਪਰੋਚ ਜਿਹੜੀ ਹੈ ਕੋਈ ਬਹੁਤ ਹੀ ਚੰਗੀ ਨਹੀਂ ਹੈ ਐਲੋਪੈਥਿਕ ਸਾਇੰਸਿਸ ਅੰਦਰ ਪੀਸੀਓਡੀ ਦੇ ਟ੍ਰੀਟਮੈਂਟ ਵਾਸਤੇ। ਇਹੀ ਰੀਜ਼ਨ ਹੈ ਕਿ ਪ੍ਰੈਗਨੈਂਸੀ ਵਾਸਤੇ ਕੱਲ੍ਹ ਨੂੰ ਉਹਨਾਂ ਨੂੰ ਬੋਲਤਾ ਜਾਂਦਾ ਜੀ ਟੈਸਟ ਟਿਊਬ ਬੇਬੀ ਕਰਵਾ ਲਓ, ਡੋਨਰ ਐਗ ਲੈ ਲਵੋ, ਬਟ ਕੋਈ ਬਹੁਤ ਸਕਸੈਸਫੁਲ ਟ੍ਰੀਟਮੈਂਟ ਐਲੋਪੈਥਿਕ ਮੈਡੀਕਲ ਸਾਇੰਸਿਸ 'ਚ ਪੀਸੀਓਡੀ ਦਾ ਨਹੀਂ ਨਹੀਂ ਹੈ। ਮੈਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਆਲਮੋਸਟ ਅਸੀਂ ਦੇਖਦੇ ਹੈਗੇ ਹਾਂ ਕਿਉਂਕਿ ਇੱਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਆਫਟਰ ਮੈਰਿਜ ਹੀ, ਕਿਉਂਕਿ ਨੋਰਮਲ ਲੜਕੀਆਂ ਨੂੰ ਮੰਥਲੀ ਸਾਈਕਲਸ ਦੇ ਵਿੱਚ ਵੀ ਪ੍ਰੋਬਲਮ ਆਵੇ ਜਾਂ ਕੋਈ ਵੀ ਇਸ਼ੂ ਇੱਦਾਂ ਦਾ ਆਉਂਦਾ ਹੈਗਾ ਤਾਂ ਆਪਾਂ ਉਹਨੂੰ ਗੌਰ ਨਹੀਂ ਕਰਦੇ, ਜਦੋਂ ਮੈਰਿਜ ਤੋਂ ਬਾਅਦ ਕੰਸੀਵ ਕਰਨਾ ਹੁੰਦਾ ਹੈ ਤਦ ਇਸ ਪ੍ਰੋਬਲਮ ਨੂੰ ਅਸੀਂ ਦੇਖਦੇ ਹੈਗੇ ਹਾਂ, ਫਿਰ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ ਤਦ ਜਾ ਕੇ ਹੀ ਪਰਖਿਆ ਜਾਂਦਾ, ਇਸ ਤੋਂ ਪਹਿਲਾਂ ਪਰਖਿਆ ਨਹੀਂ ਜਾਂਦਾ। ਸੋ ਕੀ ਐਡਵਾਈਸ ਕਰਨਾ ਚਾਹੋਗੇ ਕਿ ਲਾਈਕ ਛੋਟੀ ਏਜ ਤੋਂ ਹੀ ਜਦੋਂ ਉਹਨਾਂ ਨੂੰ ਇਹ ਪ੍ਰੋਬਲਮ ਸ਼ੁਰੂ ਹੋ ਜਾਣ, ਮੰਥਲੀ ਸਾਈਕਲਸ ਦੀ ਵੀ ਪ੍ਰੋਬਲਮ ਸ਼ੁਰੂ ਹੋ ਜਾਣ, ਉਦੋਂ ਹੀ ਡਾਕਟਰ ਨੂੰ ਦਿਖਾ ਦੇਣਾ ਚਾਹੀਦਾ? ਦੇਖੋ ਬਿਲਕੁਲ ਬਿਲਕੁਲ, ਇੱਕ ਹੁੰਦਾ ਕੀ ਹੈ ਜੀ ਕਿ ਸਾਡੀ ਨਾ ਇੱਕ ਸੋਸਾਇਟੀ 'ਚ ਇੱਕ ਹਲਕੀ ਜਿਹੀ ਝਿਜਕ ਰਹਿੰਦੀ ਹੈ ਇਸ ਚੀਜ਼ ਅੰਦਰ। ਫੀਮੇਲ ਵੀ ਜਿਹੜੀ ਹੈ ਉਹ ਖੁੱਲ੍ਹ ਕੇ ਕਈ ਵਾਰੀ ਆਪਣੇ ਮਦਰ ਨਾਲ ਵੀ ਨਹੀਂ ਗੱਲ ਕਰਦੀ, ਆਪਣੇ ਤਿਕਨ ਹੀ ਆਪਣੀ ਇਸ ਪ੍ਰੋਬਲਮ ਨੂੰ ਰੱਖਦੀਆਂ ਨੇ ਫੀਮੇਲਸ। ਔਰ ਇਹੀ ਰੀਜ਼ਨ ਹੈ ਕਿ ਜਨਰਲੀ ਅਨਮੈਰਿਡ ਫੀਮੇਲਸ ਅੰਦਰ ਅਨਡਾਇਗਨੋਜ਼ਡ ਹੀ ਚਲੇ ਜਾਂਦਾ ਵਾ। ਬਹੁਤ ਰੇਅਰ ਕੇਸਿਸ 'ਚ, ਕੁਛ ਕੇਸਿਸ 'ਚ ਜਿੱਥੇ ਫੀਮੇਲ ਆਪਣੇ ਮਦਰ ਨਾਲ, ਆਪਣੀ ਫੈਮਿਲੀ 'ਚ ਕਿਸੇ ਹੋਰ ਫੀਮੇਲ ਨਾਲ ਇਹ ਡਿਸਕਸ ਕਰਦੀਆਂ ਨੇ ਅਤੇ ਅੱਗੇ ਚੈੱਕ ਹੋ ਜਾਂਦਾ, ਉਹਦਾ ਫਾਇਦਾ ਇਹ ਮਿਲਦਾ ਕਿ ਅਗਰ ਸਹੀ ਸਮੇਂ ਦੇ ਉੱਪਰ ਇਹ ਪਤਾ ਚੱਲ ਜਾਵੇ, ਡਾਇਗਨੋਜ਼ ਹੋ ਜਾਵੇ ਕਿ ਪੀਸੀਓਡੀ ਦੀ ਸਟਾਰਟਿੰਗ ਹੈ, ਉਹਦਾ ਇਲਾਜ ਕਰਨਾ ਹੋਰ ਵੀ ਈਜ਼ੀ ਉਸ ਵੇਲੇ। ਕਿਉਂਕਿ ਦੇਖੋ ਇੱਕ ਵਾਰੀ ਜਦੋਂ ਓਵਰੀ 'ਚ ਇੰਨੇ ਜ਼ਿਆਦਾ ਸਿਸਟ ਬਣ ਚੁੱਕੇ ਹੋਣਗੇ, ਉਦੋਂ 2 ਲੈਵਲ ਦੇ ਉੱਪਰ ਟ੍ਰੀਟਮੈਂਟ ਕਰਨਾ ਪਏਗਾ। ਉਦੋਂ ਇਹ ਵੀ ਕਰਨਾ ਪਏਗਾ ਕਿ ਜਿਹੜੇ ਸਿਸਟ ਬਣ ਚੁੱਕੇ ਨੇ ਉਹਨਾਂ ਨੂੰ ਘਟਾਇਆ ਜਾਏ ਅਤੇ ਅੱਗੇ ਫਰਦਰ ਸਿਸਟ ਬਣਨ ਤੋਂ ਵੀ ਰੋਕਣੇ ਪੈਣਗੇ। ਜਦਕਿ ਅਗਰ ਸਹੀ ਸਮੇਂ 'ਤੇ ਪਤਾ ਚੱਲ ਗਿਆ ਵੈ, ਉਹਦਾ ਮਤਲਬ ਹਾਲੀ ਬਹੁਤ ਥੋੜ੍ਹੇ ਸਿਸਟ ਬਣਨੇ, ਅੱਧਾ ਇਲਾਜ ਕਰਨਾ ਉਸ ਵੇਲੇ ਆਸਾਨ ਹੋ ਜਾਂਦਾ ਵੈ। ਮੋਰਓਵਰ ਅਗਰ PCOD ਸਹੀ ਸਮੇਂ 'ਤੇ ਡਾਇਗਨੋਸ ਕਰ ਲਿਆ ਜਾਂਦਾ ਵੈ, ਇਹਦਾ ਪ੍ਰੋਪਰ ਆਯੁਰਵੈਦਿਕ ਟ੍ਰੀਟਮੈਂਟ ਸ਼ੁਰੂ ਕਰਵਾ ਲਿਆ ਜਾਂਦਾ ਵੈ, ਅਤੇ ਗਰੋਥ ਅੰਦਰ ਵੀ ਬੈਟਰਮੈਂਟ ਮਿਲਦੀ ਹੈ, ਜਿਹੜਾ ਹੇਅਰ ਲੋਸ ਹੋ ਰਿਹਾ ਵੈ ਉਹ ਹੇਅਰ ਲੋਸ ਘੱਟ ਜਾਂਦਾ ਵੈ। ਐਕਸੈਸਿਵ ਪਿੰਪਲਸ, ਹੁਣ PCOD ਦਾ ਪੇਸ਼ੈਂਟ ਹੈ, ਐਕਸੈਸਿਵ ਪਿੰਪਲਸ ਨਿਕਲ ਰਹੇ ਨੇ, ਉਹ ਬੰਦਾ ਅਨਨੈਸੈਸਰਲੀ ਪਿੰਪਲਸ ਛਿਲ ਕੇ ਸਕਾਰ ਵੀ ਪਾ ਸਕਦਾ ਆਪਣੇ ਫੇਸ 'ਤੇ, ਜਿਹੜੇ ਪਰਮਾਨੈਂਟ ਰਹਿ ਸਕਦੇ ਨੇ। ਜਦਕਿ ਅਗਰ ਟ੍ਰੀਟਮੈਂਟ ਪ੍ਰੋਪਰ ਹੋ ਰਿਹਾ, ਪਿੰਪਲਸ ਆਉਣਗੇ ਹੀ ਨਹੀਂ ਉਨੇ ਜ਼ਿਆਦਾ। ਦੈਨ ਐਕਸੈਸਿਵ ਵੇਟ ਗੇਨ, ਅਗਰ ਸਹੀ ਏਜ 'ਚ PCOD ਦਾ ਇਲਾਜ ਕਰਾਂਗੇ ਬਹੁਤਾ ਵੇਟ ਗੇਨ ਹੋਏਗਾ ਹੀ ਨਹੀਂ। ਕੋਸਮੈਟਿਕਲੀ ਜਿਹੜੀਆਂ ਪ੍ਰੋਬਲਮਸ ਆਉਣੀਆਂ ਨੇ ਵੇਟ ਲੋਸ ਵੇਟ ਗੇਨ ਕਰਕੇ, ਉਹ ਨਹੀਂ ਆਉਣਗੀਆਂ। ਇਸ ਕਰਕੇ ਬੜੇ ਹੀ ਫਾਇਦੇ ਨੇ ਅਗਰ ਆਪਾਂ ਸਹੀ ਸਮੇਂ 'ਤੇ PCOD ਦਾ ਟ੍ਰੀਟਮੈਂਟ ਕਰਵਾ ਲੈਂਦੇ ਹਾਂ। ਲੇਕਿਨ ਅਗਰ ਆਪਾਂ ਉਹ ਨਹੀਂ ਵੀ ਕਰਵਾ ਪਾਉਂਦੇ ਤਾਂ ਸਾਨੂੰ ਮੈਰਿਜ ਤੋਂ ਬਾਅਦ ਡਾਇਗਨੋਸਿਸ ਹੁੰਦਾ ਕਿ PCOD ਆ, ਘਬਰਾਉਣ ਦੀ ਗੱਲ ਤਦ ਵੀ ਨਹੀਂ ਹੈ। ਆਯੁਰਵੇਦ 'ਚ ਜਿਹੜਾ PCOD ਹੈ ਜਿਹਦਾ ਬਹੁਤ ਹੀ ਵਧੀਆ ਇਲਾਜ ਹੈ, ਕੁਛ ਘਰੇਲੂ ਨੁਸਖੇ, ਕੁਛ ਦਵਾਈਆਂ ਅਤੇ ਕੁਛ ਲਾਈਫ ਸਟਾਈਲ ਚੇਂਜਸ, ਇਹ ਤਿੰਨੋਂ ਹੀ ਚੀਜ਼ਾਂ ਬਹੁਤ ਫਾਇਦਾ ਕਰਦੀਆਂ ਨੇ ਜੀ PCOD 'ਚ। ਇਸ ਕਰਕੇ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੀ। ਸੋ ਪਰ ਇਹ ਗੱਲ ਹੈਗੀ ਹੈ ਕਿ ਜਦੋਂ ਹੁਣ ਅਸੀਂ ਆਲਮੋਸਟ ਦੇਖਦੇ ਹਾਂ ਇਨਫਰਟੀਲਿਟੀ ਦੀ ਪ੍ਰੋਬਲਮ ਵੀ ਦੇਖਦੇ ਹਾਂ ਕਿ 10 ਦੇ ਵਿੱਚੋਂ 5-6 ਕਪਲਸ ਇੱਦਾਂ ਦੇ ਨੇ ਟ੍ਰੀਟਮੈਂਟ ਤੋਂ ਬਾਅਦ ਹੀ ਕੰਸੀਵ ਕਰ ਪਾਉਂਦੇ ਨੇ। ਸੋ ਰੀਜ਼ਨ ਕਿਤੇ ਨਾ ਕਿਤੇ ਇਹੀ ਹੈਗਾ ਕਿ ਜਦੋਂ ਸਹੀ ਏਜ 'ਤੇ ਅਸੀਂ ਬਿਫੋਰ ਮੈਰਿਜ ਇਹਨਾਂ ਗੱਲਾਂ 'ਤੇ ਗੌਰ ਨਹੀਂ ਕਰਦੇ ਹੈਗੇ, ਉਦੋਂ ਹੀ ਜੇਕਰ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਆਪਣਾ ਚੈੱਕਅਪ ਕਰਾ ਲਈਏ ਤਾਂ ਬਾਅਦ ਦੇ ਵਿੱਚ ਸਾਨੂੰ ਪ੍ਰੋਬਲਮਸ ਨਹੀਂ ਆਉਣਗੀਆਂ। ਸੋ ਸਰ ਐਲੋਪੈਥੀ ਦੇ ਵਿੱਚ ਤਾਂ ਤੁਸੀਂ ਦੱਸ ਦਿੱਤਾ ਕਿ ਪ੍ਰੋਪਰ ਇਲਾਜ ਨਹੀਂ ਹੈਗਾ ਇਸ ਚੀਜ਼ ਦਾ, PCOD ਦਾ। ਸੋ ਆਯੁਰਵੇਦ ਦੇ ਵਿੱਚ ਪਹਿਲਾਂ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਆ, ਫਿਰ ਟ੍ਰੀਟਮੈਂਟ ਦੀ ਗੱਲ ਕਰਦੇ ਆ। ਸੋ ਕੀ ਘਰੇਲੂ ਨੁਸਖੇ? ਦੇਖੋ ਅਗਰ ਆਪਾਂ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਆ, ਸਭ ਤੋਂ ਵਧੀਆ ਚੀਜ਼ ਹੈ ਚਤੁਰ ਬੀਜ। ਅਗਰ PCOD ਹੋ ਗਈ ਹੈ ਤੇ 4 ਬੀਜ, ਚਤੁਰ ਬੀਜ, ਜਵਾਨੀ, ਚੰਦਰਸ਼ੂਰ, ਮੇਥਰੇ ਤੇ ਮੰਗਰੈਲ। ਜਵਾਨੀ ਅਜਵਾਇਣ ਨੂੰ ਕਹਿੰਦੇ ਆ ਜੀ ਆਪਾਂ, ਔਰ ਜਿਹੜਾ ਚੰਦਰਸ਼ੂਰ ਹੈ ਇਹ ਪਿਆਜ਼ ਦੇ ਬੀਜਾਂ ਨੂੰ ਕਹਿੰਦੇ ਆ। ਇਹ 4 ਚੀਜ਼ਾਂ US 'ਚ ਅਵੇਲੇਬਲ ਨੇ, 4 ਦੀ 4।
ਕੋਸ਼ਿਸ਼ ਕਰੋ ਇਹਨਾਂ ਚਾਰਾਂ ਨੂੰ ਬਰਾਬਰ ਮਿਕਸ ਕਰੋ। ਮਿਕਸ ਕਰਕੇ ਇਹਦੇ 'ਚ ਮਾੜੀ ਜੀ ਤੁਸੀਂ ਸੁੰਡ ਪਾਉਣੀ ਹੈ। ਮਾੜੀ ਜੀ ਤੋਂ ਮੇਰਾ ਮਤਲਬ ਹੈ ਤਕਰੀਬਨ 5% ਜਾਂ 10%, ਮਤਲਬ ਅਗਰ 100 ਗ੍ਰਾਮ ਪਾਊਡਰ ਤੁਸੀਂ ਉਹਨਾਂ ਚੀਜ਼ਾਂ ਦਾ ਪਾਇਆ ਹੋਇਆ ਅਤੇ 5 to 10 ਗ੍ਰਾਮ ਤੁਸੀਂ ਸੁੰਡ ਦਾ ਪਾਊਡਰ ਪਾਉਣਾ ਵਾ, ਇਹਨੂੰ ਮਿਕਸ ਕਰ ਲਵੋ। ਕੋਸ਼ਿਸ਼ ਕਰੋ ਤਕਰੀਬਨ ਚਮਚੇ ਦਾ ਅੱਧਾ ਹਿੱਸਾ ਸਵੇਰੇ ਅਤੇ ਅੱਧਾ ਹਿੱਸਾ ਸ਼ਾਮੀ ਗਰਮ ਪਾਣੀ ਦੇ ਨਾਲ ਤੁਸੀਂ ਜ਼ਰੂਰ ਦਿਓ। ਐਵੇਂ ਖਾਣ 'ਚ ਜਿਹੜੀ ਆਪਾਂ ਹਰਬਲ ਕੰਬੀਨੇਸ਼ਨ ਖਾਣੀਆਂ ਨੇ। ਡਾਇਟ ਦੀ ਅਗਰ ਗੱਲ ਕਰਦੇ ਹਾਂ, ਕੋਸ਼ਿਸ਼ ਕਰੋ ਜਿਹੜੀ ਵਾਈ ਵਰਧਕ ਡਾਇਟ ਹੈ, ਮਾਂ, ਰਾਜਮਾਂਹ, ਅਰਬੀ, ਭਿੰਡੀਆਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾਈ ਨੂੰ ਵਧਾਉਂਦੀਆਂ ਨੇ ਉਹ ਨਾ ਖਾਓ। ਪੀਣ 'ਚ ਮੈਂ ਹਮੇਸ਼ਾ ਹੀ ਬੜਾ ਸਪੋਰਟਰ ਹਾਂ ਗਰਮ ਪਾਣੀ ਦਾ। ਇਸ ਡਿਜ਼ੀਜ਼ 'ਚ ਵੀ ਗਰਮ ਪਾਣੀ ਪੀਣ ਦਾ ਬਹੁਤ ਜ਼ਿਆਦਾ ਫਾਇਦਾ ਹੈ। ਇਹ ਖਾਣ ਵਾਲੀਆਂ ਚੀਜ਼ਾਂ। ਕਰਨ ਵਾਲੀ ਚੀਜ਼ਾਂ ਦੀ ਗੱਲ ਕਰੀਏ ਤਾਂ ਕਪਾਲਭਾਤੀ, ਕਪਾਲਭਾਤੀ ਅੱਜ ਬੜੀ ਫੇਮਸ ਹੋ ਚੁੱਕੀ ਹੈ। ਜਦੋਂ ਆਪਾਂ ਯੋਗਾ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਭ ਤੋਂ ਕੋਮਨ ਪ੍ਰਾਣਾਯਾਮ ਆ ਉਹ ਕਪਾਲਭਾਤੀ ਹੀ ਹੈ ਜਿਹੜਾ ਲੋਕ ਕਰਦੇ ਨੇ। ਮੇਰੇ ਯੂਟਿਊਬ ਚੈਨਲ 'ਤੇ ਵੀ ਤੁਹਾਨੂੰ ਕਪਾਲਭਾਤੀ ਕਿਸ ਤਰ੍ਹਾਂ ਕਰਨੀ ਹੈ ਇਹਦੇ ਬਾਰੇ 'ਚ ਮੈਂ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ। ਕਪਾਲਭਾਤੀ 15 ਕੁ ਮਿੰਟ ਸਵੇਰੇ ਅਤੇ 15 ਕੁ ਮਿੰਟ ਸ਼ਾਮੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਇਹ ਕੋਮਨ ਚੀਜ਼ਾਂ ਅਗਰ ਕੀਤੀਆਂ ਜਾਂਦੀਆਂ ਨੇ ਤਾਂ ਸਟਾਰਟਿੰਗ 'ਚ ਅਗਰ ਪੀ ਸੀ ਓ ਡੀ ਡਾਇਗਨੋਸਿਸ ਹੋਈ ਹੋਈ ਹੈ ਕਿਸੇ ਇਲਾਜ ਦੀ ਲੋੜ ਹੀ ਨਹੀਂ ਪਏਗੀ। ਬਟ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਵੀ ਅੱਗੇ ਟ੍ਰੀਟਮੈਂਟ ਦੀ ਅਗਰ ਆਪਾਂ ਗੱਲ ਕਰੀਏ, ਹੁਣ ਮੰਨ ਲਓ ਆਪਾਂ ਨਹੀਂ ਕਰ ਪਾਏ ਠੀਕ ਟਾਈਮ 'ਤੇ ਘਰੇਲੂ ਚੀਜ਼ਾਂ, ਰੋਗ ਵੱਧ ਗਿਆ ਵੈ, ਤਦ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਡੇ ਕੋਲ ਐਸੇ ਕੰਬੀਨੇਸ਼ਨਸ ਨੇ ਜਿਹੜੇ ਕਿ ਅਗਰ ਆਪਾਂ ਯੂਜ਼ ਕਰਵਾਉਂਦੇ ਹਾਂ ਆਮ ਤੌਰ 'ਤੇ 3 to 6 ਮਹੀਨਿਆਂ ਦੇ ਵਿੱਚ ਆਪਾਂ ਰੈਗੂਲਰ ਓਵੂਲੇਸ਼ਨ ਸਟੱਡੀ ਨਾਲ ਕਰਵਾਉਂਦੇ ਹਾਂ ਇੱਕ ਫੀਮੇਲ ਦੀ, ਤਾਂ ਕਿ ਇੱਕ ਫੀਮੇਲ ਵੀ ਦੇਖ ਪਾਏ ਔਰ ਆਪਾਂ ਵੀ ਦੇਖ ਪਾਈਏ ਓਵੂਲੇਸ਼ਨ ਇੰਪਰੂਵ ਕਿੰਨੀ ਕਰ ਰਹੀ ਹੈ। ਕਿਉਂਕਿ ਅਗਰ ਕੋਈ ਵੀ ਟ੍ਰੀਟਮੈਂਟ ਕੀਤਾ ਜਾ ਰਿਹਾ ਵੈ, 100 ਪੇਸ਼ੈਂਟਸ ਅਗਰ ਸਾਡੇ ਕੋਲ ਪੀ ਸੀ ਓ ਡੀ ਦੇ ਜਾਂਦੇ ਨੇ ਤਾਂ 70-80% ਪੇਸ਼ੈਂਟਸ ਓਵੂਲੇਸ਼ਨ ਕਾਫੀ ਇੰਪਰੂਵ ਕਰ ਜਾਂਦੀ ਹੈ। ਲੇਕਿਨ ਉਹ ਦੇਖਣਾ ਬੜਾ ਜ਼ਰੂਰੀ ਹੈ, ਕਿਉਂਕਿ ਐਵੇਂ ਹੀ ਕਿਸੇ ਨੂੰ ਆਪਾਂ ਕੁਛ ਵੀ ਖਵਾਈ ਜਾਈਏ ਉਹ ਗਲਤ ਬਣ ਜਾਂਦਾ ਵੈ। ਅਗਰ ਮੈਂ ਕਾਮਨ ਆਯੁਰਵੈਦਿਕ ਚੀਜ਼ਾਂ ਦੀ ਗੱਲ ਕਰਾਂ ਜਿਹੜੀਆਂ ਕਿ ਆਮ ਔਨ ਦਾ ਸ਼ੈਲਫ ਅਵੇਲੇਬਲ ਨੇ, ਕੁਮਾਰੇ ਆਸਵ ਹੈ, ਕਿਸੇ ਵੀ ਕੰਪਨੀ ਦਾ ਤੁਹਾਨੂੰ ਮਿਲ ਜਾਏਗਾ, ਤੁਸੀਂ ਲੈ ਸਕਦੇ ਹੋ। ਅਗਰ ਮੈਂ ਆਪਣੀ ਮੈਡੀਸਿਨਸ ਦੀ ਗੱਲ ਕਰਾਂ ਜਿਹੜੀਆਂ ਆਪਾਂ ਬਣਾ ਰੱਖੀਆਂ ਨੇ, ਥਾਇਰੋ ਆਰਮਰ ਹੈ, ਬਹੁਤ ਵਧੀਆ ਕੰਮ ਕਰਦੀ ਹੈ। ਜਿਹੜੇ ਤੁਹਾਨੂੰ ਮੈਂ ਚਤੁਰ ਬੀਜ ਬੋਲੇ ਨੇ ਉਹ ਵੀ ਉਹਦੇ 'ਚ ਪਏ ਹੈ, ਅਤੇ ਉਹਦੇ 'ਚ ਕੁਝ ਹੋਰ ਚੀਜ਼ਾਂ ਪਈਆਂ ਨੇ ਜਿਹੜੀਆਂ ਕਿ ਸਿਸਟ ਨੂੰ ਬੜੀ ਜਲਦੀ ਘਟਾਉਂਦੀਆਂ ਨੇ। ਕਿਉਂਕਿ ਇਸ ਰੋਗ 'ਚ ਅਗਰ ਆਪਾਂ ਸਿਸਟ ਘਟਾ ਲਏ ਆਪਾਂ ਅੱਧੀ ਜੰਗ ਜਿੱਤ ਲਈ ਉਸੇ ਵੇਲੇ। ਉਹ ਅਗਰ ਥਾਇਰੋ ਆਰਮਰ ਇਸਤੇਮਾਲ ਕੀਤਾ ਜਾਂਦਾ ਵੈ, 2 ਕੈਪਸੂਲ ਸਵੇਰੇ 2 ਕੈਪਸੂਲ ਸ਼ਾਮੀ ਐਜ਼ ਅ ਸਪਲੀਮੈਂਟ ਜਿਹੜਾ ਵਾ ਯੂਜ਼ ਕੀਤਾ ਜਾ ਸਕਦਾ ਵੈ, ਸਰੀਰ 'ਚ ਪਿੱਤ ਨੂੰ ਵਧਾਉਂਦਾ ਵੈ ਅਤੇ ਵਾਯੂ ਨਾਲ ਹੋਣ ਵਾਲੇ ਜਿਹੜੇ ਸਿਸਟ ਨੇ ਉਹਨਾਂ ਨੂੰ ਘਟਾਉਂਦਾ ਵੈ। ਉਹ ਸਕਸੈਸਫੁਲੀ ਤੁਸੀਂ ਯੂਜ਼ ਕਰ ਸਕਦੇ ਹੋ। ਬਾਕੀ ਸਭ ਤੋਂ ਚੰਗਾ ਹਮੇਸ਼ਾ ਇਹੀ ਰਹਿੰਦਾ ਵੈ ਕਿ ਬਜਾਏ ਆਪਾਂ ਕੋਈ ਚੀਜ਼ ਖਾਈਏ, 24 ਘੰਟੇ ਸਾਡੇ ਹੈਲਪਲਾਈਨ ਨੰਬਰ ਚੱਲ ਰਹੇ ਨੇ, ਸਾਨੂੰ ਬੜਾ ਅੱਛਾ ਲੱਗੇਗਾ ਅਗਰ ਸਾਡੀ ਦਿੱਤੀ ਗਈ ਕੋਈ ਵੀ ਸਲਾਹ ਤੁਹਾਡੇ ਕੰਮ ਆ ਸਕੇਗੀ। ਅਗਰ ਪੀ ਸੀ ਓ ਡੀ ਹੈ, ਤੁਹਾਡੇ ਕੋਲ ਜਿਹੜਾ ਅਲਟਰਾਸਾਊਂਡ ਦੀ ਸਕੈਨ ਰਿਪੋਰਟ ਹੈ, ਤੁਸੀਂ ਸਾਡੀ ਮੋਬਾਈਲ ਐਪ ਵੀ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਐਨ ਡੀ ਕੇਅਰ ਐਪ ਹੈ ਜਿਸ ਤੋਂ ਡਾਇਰੈਕਟ ਤੁਸੀਂ ਰਿਪੋਰਟਸ ਅਪਲੋਡ ਕਰ ਸਕਦੇ ਹੋ। ਉਹ ਰਿਪੋਰਟ ਸਾਨੂੰ ਜ਼ਰੂਰ ਭੇਜੋ ਤਾਂ ਕਿ ਆਪਾਂ ਤੁਹਾਨੂੰ ਬੈਸਟ ਸਲਾਹ ਦੇ ਸਕੀਏ ਕਿ ਇਸ ਵੇਲੇ ਇਸ ਸਟੇਜ 'ਤੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਚੀਜ਼ ਕੀ ਹੈ। ਬਿਲਕੁਲ ਜੀ। ਸੋ ਰਿਪੋਰਟਸ ਜਿਹੜੀਆਂ ਨੇ ਉਹ ਸੈਂਡ ਕਰ ਸਕਦੇ ਹੋ, ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਸਾਈਟ 'ਤੇ ਜਾ ਸਕਦੇ ਹੋ ਜੀ। ਬਾਕੀ ਸੈਂਟਰਸ ਦੇ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ, ਉੱਥੇ ਪਹੁੰਚ ਸਕਦੇ ਹੋ ਜੀ। ਪੀ ਸੀ ਓ ਡੀ ਦੀ ਗੱਲ ਹੋ ਰਹੀ ਹੈ, ਇਸ ਤੋਂ ਇਲਾਵਾ ਹੋਰ ਵੀ ਕੋਈ ਵੀ ਹੈਲਥ ਦੀ ਪ੍ਰੋਬਲਮ ਹੈਗੀ ਆ ਤੁਹਾਨੂੰ, ਯੂ ਐੱਸ ਏ ਦੇ ਵਿੱਚ ਸੈਂਟਰਸ ਨੇ, ਜੋ ਵੀ ਸੈਂਟਰ ਤੁਹਾਨੂੰ ਨਜ਼ਦੀਕ ਪੈਂਦਾ ਹੈਗਾ ਆ, ਪ੍ਰੋਪਰ ਐਡਰੈਸ ਜਿਹੜੇ ਨੇ ਉਹ ਲਗਾਤਾਰ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਤੋਂ ਲੈ ਕੇ ਤੁਸੀਂ ਮਿਲ ਸਕਦੇ ਹੋ। ਉਸ ਤੋਂ ਇਲਾਵਾ 15 ਅਗਸਤ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਜੀ ਯੂ ਐੱਸ ਏ ਦੇ ਵਿੱਚ ਹੋਣਗੇ, ਉੱਥੇ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਸੋ ਸਰ, ਪੀ ਸੀ ਓ ਟੀ ਦੀ ਗੱਲ ਕਰੀਏ, ਜੇਕਰ ਸਹੀ ਟਾਈਮ 'ਤੇ ਆਪਾਂ ਟ੍ਰੀਟਮੈਂਟ ਨਾ ਲਈਏ, ਹੈ ਨਾ, ਅਤੇ ਹੌਲੀ ਹੌਲੀ ਜਾ ਕੇ ਅੱਗਿਓਂ ਜਾ ਕੇ ਇਹ ਬਿਮਾਰੀ ਕਿੰਨੀ ਕੁ ਵੱਧ ਸਕਦੀ ਹੈ? ਦੇਖੋ ਜੀ, ਅਗਰ ਆਪਾਂ ਟ੍ਰੀਟਮੈਂਟ ਨਹੀਂ ਲਵਾਂਗੇ, ਅੱਗੇ ਫਰਟੀਲਿਟੀ ਨਾ ਹੋ ਪਾਉਣਾ ਜਾਂ ਨਿਸੰਤਾਨਤਾ, ਤਾਂ ਚਲੋ ਇੱਕ ਸਿੰਪਲ ਚੀਜ਼ ਹੈ ਜਿਹੜੀ ਕਿ ਸਾਡੀ ਲਾਈਫ ਨੂੰ ਰਿਸਕ 'ਚ ਨਹੀਂ ਪਾ ਸਕਦੀ ਹੈ। ਲੇਕਿਨ ਅਗਰ ਪੀ ਸੀ ਓ ਡੀ ਨੋਨ ਟ੍ਰੀਟੇਬਲ ਰਹਿੰਦਾ ਵੈ ਅਤੇ ਓਵਰੀਜ਼ ਦਾ ਸਾਈਜ਼ ਵਧੀ ਜਾਂਦਾ ਵੈ, ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਉਹ ਵੱਧ ਆਇਆ ਓਵਰੀਜ਼ ਦਾ ਸਾਈਜ਼ ਬਹੁਤ ਹੀ ਜ਼ਿਆਦਾ ਦਰਦ ਕਰਨੀ ਸ਼ੁਰੂ ਕਰ ਦਿੰਦਾ ਫੀਮੇਲਸ ਨੂੰ, ਔਰ ਉਹਨਾਂ ਨੂੰ ਮਜਬੂਰੀ 'ਚ ਓਵਰੀਜ਼ ਨਿਕਲਵਾਉਣੀਆਂ ਪੈਂਦੀਆਂ ਨੇ। ਇੱਕ ਯੰਗ ਏਜ ਦੇ ਅੰਦਰ ਦੇਖੋ, ਅਗਰ ਫੀਮੇਲ ਜਾਂ ਮਿਡਲ ਏਜ 'ਚ ਅਗਰ ਆਪਣੀ ਓਵਰੀਜ਼ ਨਿਕਲਵਾ ਦੇਏਗੀ, ਤਾਂ ਐਸੇ ਬਹੁਤ ਸਾਰੇ ਜਿਹੜੇ ਹਾਰਮੋਨਸ ਨੇ ਜਿਹੜੀਆਂ ਓਵਰੀਜ਼ ਪੈਦਾ ਕਰਦੀਆਂ ਨੇ, ਜਿਹੜੀਆਂ ਕਿ ਇੱਕ ਫੀਮੇਲਸ ਨੂੰ ਯੰਗ ਰੱਖਣ ਵਾਸਤੇ, ਓਸਟੀਓਪਰੋਸਿਸ ਤੋਂ ਬਚਾਉਣ ਵਾਸਤੇ, ਫੈਮਿਨਿਸਟਿਕ ਰੱਖਣ ਵਾਸਤੇ ਬੜੀਆਂ ਜ਼ਰੂਰੀ ਨੇ। ਜਦੋਂ ਓਵਰੀਜ਼ ਨੂੰ ਸਮੇਂ ਤੋਂ ਪਹਿਲੇ ਕਢਵਾ ਦਿੱਤਾ ਜਾਂਦਾ ਵੈ, ਤਾਂ ਇੱਕ ਫੀਮੇਲ ਜਲਦੀ ਏਜਿੰਗ ਵੱਲ ਚਲੇ ਜਾਂਦੀ ਹੈ, ਸਰਜਰੀ ਅਸੈਂਸ਼ੀਅਲ ਹੋ ਜਾਂਦੀ ਹੈ। ਇਸ ਕਰਕੇ ਪੀ ਸੀ ਓ ਡੀ ਨੂੰ ਕਦੀ ਵੀ ਲਾਈਟਲੀ ਨਹੀਂ ਲੈਣਾ ਚਾਹੀਦਾ। ਬੜੀ ਵਾਰੀ ਕੀ ਹੁੰਦਾ ਵੈ ਕਿ ਡਾਕਟਰ ਜਿਹੜੇ ਨੇ ਉਹ ਪੇਸ਼ੈਂਟ ਨੂੰ ਗਾਈਡ ਕਰ ਦਿੰਦੇ ਨੇ, ਕੋਈ ਗੱਲ ਨਹੀਂ ਜੀ, ਤੁਹਾਨੂੰ ਪੀ ਸੀ ਓ ਡੀ ਹੈ, ਤੁਸੀਂ ਟੈਸਟ ਟਿਊਬ ਬੇਬੀ ਵੱਲ ਪ੍ਰੋਸੀਡ ਕਰ ਜਾਓ। ਜੀ ਬਿਲਕੁਲ। ਪੀ ਸੀ ਓ ਡੀ ਦਾ ਇਲਾਜ ਕਰਨਾ, ਦੇਖੋ ਅਲਟੀਮੇਟਲੀ
ਪ੍ਰੈਗਨੈਂਸੀ ਇੱਕ ਮਕਸਦ ਹੈ ਇਲਾਜ ਦਾ, ਬਟ ਪ੍ਰੈਗਨੈਂਸੀ ਇਕੱਲਾ ਮਕਸਦ ਨਹੀਂ ਹੈ, ਆਪਾਂ ਇੱਕ ਫੀਮੇਲ ਨੂੰ ਵੀ ਤਾਂ ਠੀਕ ਕਰਨਾ ਵਾ ਜਿਹੜੀ ਪੀਸੀਓਡੀ ਤੋਂ ਸਫ਼ਰ ਕਰ ਰਹੀ ਹੈ, ਇਸ ਕਰਕੇ ਇਲਾਜ ਦੇ ਦੋਨੋਂ ਮਕਸਦ ਨੇ ਕਿ ਫੀਮੇਲ ਵੀ ਪੀਸੀਓਡੀ ਤੋਂ ਠੀਕ ਹੋ ਸਕੇ, ਉਹਦੇ ਨਾਲ ਨਾਲ ਪ੍ਰੈਗਨੈਂਸੀ ਵੀ ਹੋ ਸਕੇ। ਜੀ, ਸੋ ਗੱਲ ਉਹੀ ਹੈਗੀ ਹੈ ਕਿ ਜਿਵੇਂ ਕਿਹਾ ਕਿ ਅਦਰਵਾਈਜ਼ ਫੀਮੇਲਸ ਵੀ ਆਪਣੀ ਹੈਲਥ ਨੂੰ ਲੈ ਕੇ ਇੰਨਾ ਜ਼ਿਆਦਾ ਅਵੇਅਰ ਨਹੀਂ ਹੁੰਦੀਆਂ, ਉਹਨਾਂ ਨੂੰ ਵੀ ਲੱਗਦਾ ਕਿ ਚਲੋ ਠੀਕ ਹੈ, ਜਦੋਂ ਐਂਡ ਦੇ ਵਿੱਚ ਜਾ ਕੇ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ ਉਦੋਂ ਹੀ ਬਸ ਅਵੇਅਰ ਹੁੰਦੇ ਨੇ, ਤਦ ਵੀ ਉਹਨਾਂ ਦਾ ਮਕਸਦ ਸਿਰਫ ਅਤੇ ਸਿਰਫ ਇਹ ਹੁੰਦਾ ਕਿ ਚਲੋ ਬੇਬੀ ਹੋ ਜਾਵੇ, ਅਸੀਂ ਕੰਸੀਵ ਕਰ ਲਈਏ, ਉਹਦੇ ਲਈ ਜਿਵੇਂ ਤੁਸੀਂ ਦੱਸਿਆ ਕਿ ਟੈਸਟ ਟਿਊਬ ਬੇਬੀ ਜਿਹੜਾ ਆ ਉਹ ਕਹਿ ਦਿੱਤਾ ਜਾਂਦਾ, ਐਲੋਪੈਥੀ ਦੇ ਵਿੱਚ ਤੁਸੀਂ ਜਾਓਗੇ ਤਾਂ ਇੱਦਾਂ ਦੀ ਹੀ ਤੁਹਾਨੂੰ ਇਸ਼ੂਜ਼ ਮਿਲਣਗੇ, ਇੱਦਾਂ ਦੀਆਂ ਹੀ ਤੁਹਾਨੂੰ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ। ਬਿਮਾਰੀ ਜਿਹੜੀ ਹੈਗੀ ਉਹਨੂੰ ਜੜ੍ਹ ਤੋਂ, ਉਹਦਾ ਰੀਜ਼ਨ ਕੀ ਹੈਗਾ, ਉਹਨੂੰ ਜੜ੍ਹ ਤੋਂ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਬਿਲਕੁਲ ਨਹੀਂ ਕੀਤੀ ਜਾਂਦੀ। ਸੋ ਜੀ, ਕੋਈ ਵੀ ਇਸ਼ੂ ਤੁਹਾਨੂੰ ਹੁਣ ਤੋਂ ਹੀ ਹੈਗਾ ਆ, ਜਿਹੜੀਆਂ ਕੁੜੀਆਂ ਸਾਨੂੰ ਦੇਖ ਰਹੀਆਂ ਨੇ, ਅਨਮੈਰਿਡ ਕੁੜੀਆਂ ਨੇ, ਉਹਨਾਂ ਨੂੰ ਕੋਈ ਵੀ ਇਸ਼ੂ ਹੈਗਾ ਤੁਸੀਂ ਤਾਂ ਵੀ ਸਰ, ਇੱਕ ਤਾਂ ਚਲੋ ਠੀਕ ਹੈ ਸਾਈਨ ਇਹ ਹੋ ਗਏ ਕਿ ਵਾਲ ਝੜਨੇ ਸ਼ੁਰੂ ਹੋ ਗਏ, ਨਾਲ ਦੀ ਨਾਲ ਮੰਥਲੀ ਸਾਈਕਲਸ ਦੇ ਵਿੱਚ ਪ੍ਰੋਬਲਮ ਹੋ ਗਈ, ਪਿੰਪਲਸ ਆ ਗਏ, ਇਸ ਤੋਂ ਇਲਾਵਾ ਕਿ ਕਿੱਦਾਂ ਦੇ ਹੋਰ ਸਾਈਨ ਜਿਹੜੇ ਨੇ ਉਹਨਾਂ ਨੂੰ ਲੱਗੇ, ਕਿਉਂਕਿ ਅਦਰਵਾਈਜ਼ ਇਹ ਕੁੜੀਆਂ ਲੱਗਦਾ ਕਿ ਚਲੋ ਛੋਟੀ ਮੋਟੀ ਪ੍ਰੋਬਲਮ ਹੈਗੀ, ਪਿੰਪਲ ਆ ਗਏ, ਵਾਲ ਝੜੇ, ਅਸੀਂ ਵਾਲ ਝੜਨ ਦੀ ਦਵਾਈ ਲੈ ਲੈਂਦੇ ਹਾਂ ਜਾਂ ਕੁਛ, ਇਹ ਪੀ ਸੀ ਓ ਡੀ ਵੱਲ ਧਿਆਨ ਨਹੀਂ ਉਹਨਾਂ ਦਾ ਜਿਹੜਾ ਦਾ। ਦੇਖੋ, ਇਸ ਤੋਂ ਐਕਸਟ੍ਰੀਮ ਜਿਹੜੇ ਸਾਈਨਸ ਨੇ ਉਹਨੇ ਰੈਗੂਲਰ ਬੈਕ ਏਕ ਰਹਿਣੀ, ਇੰਗੁਆਇਨਲ ਰੀਜਨ 'ਚ ਪੇਨ ਰਹਿਣੀ, ਬੜੀ ਵਾਰੀ ਉਹ ਵੀ ਇਗਨੋਰ ਕਰ ਦਿੰਦੀਆਂ ਨੇ ਫੀਮੇਲਸ, ਬਟ ਅਗਰ ਫੀਮੇਲਸ ਨੂੰ ਰੈਗੂਲਰ ਲੋ ਬੈਕ ਏਕ ਰਹਿ ਰਹੀ ਹੈ ਔਰ ਇੰਗੁਆਇਨਲ ਰੀਜਨ 'ਚ, ਇੰਗੁਆਇਨਲ ਰੀਜਨ ਹੈ ਜੀ ਜਿੱਥੇ ਸਾਡੀ ਜਿਹੜੀ ਥਾਈ ਹੈ ਉਹ ਸਾਡੇ ਪੇਟ ਨਾਲ ਮਿਲਦੀ ਹੈ, ਅਗਰ ਉਸ ਰੀਜਨ ਦੇ ਅੰਦਰ ਸਾਨੂੰ ਪੇਨ ਆ ਰਹੀ ਹੈ, ਉਹ ਪੀ ਸੀ ਓ ਡੀ ਕਰਕੇ ਰਿਫਲੈਕਟਿਡ ਪੇਨ ਹੋ ਸਕਦੀ ਹੈ, ਉਹਨੂੰ ਪੂਰਾ ਸੀਰੀਅਸਲੀ ਲਵੋ, ਕਿਉਂਕਿ ਦੇਖੋ ਇਹ ਇੱਕ ਐਸਾ ਰੋਗ ਹੈ ਜਿਹੜਾ ਦਿਖਣ 'ਚ ਛੋਟਾ ਲੱਗ ਰਿਹਾ ਵੈ, ਕੱਲ੍ਹ ਨੂੰ ਲਾਈਫ ਨੂੰ ਪੂਰਾ ਸਪੋਇਲ ਕਰ ਸਕਦਾ ਵੈ, ਕਿਉਂਕਿ ਇੱਕ ਫੀਮੇਲ ਇਸ ਕਰਕੇ ਫੀਮੇਲ ਹੈ ਕਿਉਂਕਿ ਉਹਦੇ 'ਚ ਐਸਟ੍ਰੋਜਨ ਹੈ, ਅਗਰ ਕੱਲ੍ਹ ਨੂੰ ਓਵਰੀਜ਼ ਰਿਮੂਵ ਕਰਵਾਉਣੀਆਂ ਪੈਂਦੀਆਂ ਨੇ, ਜਾਂ ਅਗਰ ਆਪਾਂ ਰਿਮੂਵ ਨਹੀਂ ਵੀ ਕਰਵਾਉਂਦੇ ਲੇਕਿਨ ਪੀ ਸੀ ਓ ਡੀ ਕਰਕੇ ਮਲਟੀਪਲ ਸਿਸਟ ਕਰਕੇ ਓਵਰੀਜ਼ ਆਪਣੇ ਪੂਰੇ ਹਾਰਮੋਨਸ ਨਹੀਂ ਨਿਕਾਲ ਪਾ ਰਹੀਆਂ, ਫੀਮੇਲ ਦਾ ਜਿਹੜਾ ਫੈਮਿਨਿਜ਼ਮ ਹੈ ਉਹ ਘੱਟ ਜਾਂਦਾ ਵੈ, ਬੜੀਆਂ ਹੀ ਮਲਟੀਪਲ ਪ੍ਰੋਬਲਮਸ ਫੀਮੇਲਸ ਨੂੰ ਪੇਸ਼ ਆਉਂਦੀਆਂ ਨੇ, ਈਵਨ ਪੀ ਸੀ ਓ ਡੀ 'ਚ ਜਦੋਂ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਤਾਂ ਫੀਮੇਲ ਦਾ ਬੀ ਪੀ ਵੀ ਵਧਣਾ ਸ਼ੁਰੂ ਹੋ ਜਾਂਦਾ ਵੈ, ਉਹ ਵੀ ਜਿਹੜਾ ਵੈ ਕੰਟਰੋਲ 'ਚ ਨਹੀਂ ਰਹਿੰਦਾ। ਅਕਸਰ ਆਪਾਂ ਅਦਰਵਾਈਜ਼ ਕਹਿੰਦੇ ਹਾਂ ਜਿਹੜੀ ਫੀਮੇਲਸ ਹੈ, ਤੁਸੀਂ ਦੇਖੋ ਹਾਰਟ ਅਟੈਕ ਜ਼ਿਆਦਾ ਮੇਲਸ ਨੂੰ ਹੁੰਦੇ ਨੇ ਜੀ, ਫੀਮੇਲਸ ਨੂੰ ਘੱਟ ਹਾਰਟ ਅਟੈਕ ਹੁੰਦੇ ਨੇ ਮੇਲਸ ਦੇ ਨਾਲੋਂ, ਕਿਉਂਕਿ ਜਿਹੜਾ ਆਸਟ੍ਰੋਜਨ ਹੈ ਜਿਹੜਾ ਕੁਦਰਤ ਨੇ ਇੱਕ ਫੀਮੇਲ ਨੂੰ ਦਿੱਤਾ ਵੈ, ਉਹ ਬੜਾ ਪੈਸੀਫਾਈਂਗ ਹਾਰਮੋਨ ਹੈ, ਉਹ ਹਾਰਟ ਨੂੰ ਵੀ ਪ੍ਰੋਟੈਕਟ ਕਰਦਾ ਵੈ, ਕਿਤੇ ਨਾ ਕਿਤੇ ਫੀਮੇਲ ਨੂੰ ਸਾਡੀ ਸੁਸਾਇਟੀ 'ਚ ਜ਼ਿਆਦਾ ਸ਼ਾਂਤ ਚਿੱਤ ਮੰਨਿਆ ਜਾਂਦਾ ਵੈ ਮੇਲਸ ਨਾਲੋਂ, ਉਹਦਾ ਕਾਰਨ ਵੀ ਆਸਟ੍ਰੋਜਨ ਹੈ, ਉਹ ਆਸਟ੍ਰੋਜਨ ਲੈਵਲ ਹੈ, ਉਹ ਆਸਟ੍ਰੋਜਨ ਲੈਵਲ ਜਦੋਂ ਇੰਬੈਲੈਂਸ ਹੁੰਦਾ ਵੈ ਤਾਂ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ ਫੀਮੇਲਸ ਨੂੰ, ਇਸ ਕਰਕੇ ਪੀ ਸੀ ਓ ਡੀ ਤੋਂ ਸਾਨੂੰ ਬਚਣਾ ਚਾਹੀਦਾ ਵੈ, ਔਰ ਸਾਡਾ ਮਕਸਦ ਪੀ ਸੀ ਓ ਡੀ ਤੋਂ ਬਚਣ ਦਾ ਸਿਰਫ ਪ੍ਰੈਗਨੈਂਸੀ ਨਹੀਂ ਹੈ, ਕਿਉਂਕਿ ਪ੍ਰੈਗਨੈਂਸੀ 'ਚ ਆਪਾਂ ਕਿਸੇ ਨਵੇਂ ਜੀਵ ਨੂੰ ਇਸ ਦੁਨੀਆ 'ਚ ਲਿਆ ਰਹੇ ਹਾਂ, ਲੇਕਿਨ ਜਿਹੜਾ ਜੀਵ ਆਲਰੇਡੀ ਇਸ ਦੁਨੀਆ 'ਚ ਹੈ ਸਭ ਤੋਂ ਪਹਿਲਾ ਮਕਸਦ ਹੈ ਕਿ ਉਹ ਨਿਰੋਗ ਰਹਿ ਸਕੇ, ਫਿਰ ਕਿਸੇ ਜੀਵ ਨੂੰ ਇੱਥੇ ਲਿਆਉਣ ਦਾ ਫਾਇਦਾ ਜੀ। ਬਿਲਕੁਲ ਜੀ, ਕਿਉਂਕਿ ਇਹਦੇ ਵਿੱਚ ਫੀਮੇਲਸ ਨੂੰ ਵੀ ਅਵੇਅਰ ਹੋਣਾ ਪਏਗਾ ਕਿ ਸਾਡੇ ਦੇ ਵਿੱਚ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਦੇ ਨਾਲ ਸਾਡੀ ਲਾਈਫ ਜਿਹੜੀ ਆ ਉਹ ਖਤਰੇ ਦੇ ਵਿੱਚ ਹੁੰਦੀ ਜਾ ਰਹੀ ਹੈ, ਜਾਂ ਚਾਹੇ ਅਸੀਂ ਆਪਣੀ ਇਹਨਾਂ ਚੀਜ਼ਾਂ ਨੂੰ ਇਗਨੋਰ, ਬਹੁਤ ਸਾਰੀਆਂ ਕੁੜੀਆਂ ਵੀ, ਬਹੁਤ ਸਾਰੀਆਂ ਫੀਮੇਲਸ ਵੀ ਆਪਣੀ ਹੈਲਥ ਨੂੰ ਲੈ ਕੇ, ਆਪਣੀ ਬਾਡੀ ਨੂੰ ਲੈ ਕੇ, ਆਪਣੀ ਸਕਿਨ ਨੂੰ ਲੈ ਕੇ ਅਵੇਅਰ ਨਹੀਂ ਹੁੰਦੀਆਂ, ਕਿਉਂਕਿ ਉਹ ਲਾਈਫ ਸਟਾਈਲ ਦੇ ਵਿੱਚ, ਆਪਣੇ ਘਰ ਦੇ ਲਾਈਫ ਸਟਾਈਲ ਦੇ ਵਿੱਚ ਇੰਨੀਆਂ ਜ਼ਿਆਦਾ ਬਿਜ਼ੀ ਹੋ ਜਾਂਦੀਆਂ ਨੇ। ਸੋ ਜ਼ਰੂਰ ਜੀ ਆਪਣਾ ਧਿਆਨ ਜਿਹੜੀ ਤੁਹਾਡੀ ਬਾਡੀ ਹੈਗੀ ਆ ਇਹਦਾ ਧਿਆਨ ਜ਼ਰੂਰ ਰੱਖੋ, ਕੋਈ ਵੀ ਇੱਦਾਂ ਦਾ ਇਸ਼ੂ ਜੇਕਰ ਤੁਹਾਨੂੰ ਲੱਗਦਾ ਹੈਗਾ ਬਹੁਤ ਮੇਜਰ ਇਸ਼ੂ ਹੈਗਾ, ਇਹਨੂੰ ਤੁਸੀਂ ਓਵਰਕਮ ਕਰਨਾ ਹੈਗਾ, ਜਿਹੜੀਆਂ ਕੁੜੀਆਂ ਦੇਖਦੀਆਂ ਨੇ ਆਪਣੀ ਫੈਮਿਲੀ ਦੇ ਨਾਲ ਡਿਸਕਸ ਕਰ ਸਕਦੇ ਹੋ ਜੀ। ਬਾਕੀ ਨੰਬਰ ਲਗਾਤਾਰ ਟੀ ਵੀ ਸਕਰੀਨ 'ਤੇ ਫਲੈਸ਼ ਹੋ ਰਹੇ ਨੇ, ਪੀ ਸੀ ਓ ਡੀ ਦੀ ਗੱਲ ਕੀਤੀ, ਇਸ ਤੋਂ ਇਲਾਵਾ ਕੋਈ ਵੀ ਹੈਲਥ ਇਸ਼ੂ ਹੈਗਾ ਤੁਸੀਂ ਇਹਨਾਂ ਨੰਬਰ 'ਤੇ ਕਾਲ ਕਰਕੇ ਜਿਹੜਾ ਡਿਸਕਸ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਟਾਈਮ ਕੱਢਿਆ, ਇਹ ਸਾਰੀ ਇਨਫੋਰਮੇਸ਼ਨ ਸਾਡੀ ਆਡੀਅੰਸ ਦੇ ਨਾਲ ਸ਼ੇਅਰ ਕੀਤੀ। ਸਤਿ ਸ਼੍ਰੀ ਅਕਾਲ ਜੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।